ਹੁਣ ਤੁਹਾਨੂੰ ਧਰਨ ਕਿਸੇ ਤੋਂ ਵੀ ਮਿਲਾਉਣ ਦੀ ਲੋੜ ਨਹੀਂ, ਤੁਸੀਂ ਆਪ ਆਪਣੀ ਧਰਨ ਦਾ ਇਲਾਜ ਕਰ ਸਕੋਗੇ। ਧਰਨ ਤੁਹਾਡੀ ਜਿੰਨੀ ਮਰਜ਼ੀ ਪੁਰਾਣੀ ਹੋਵੇ, 7 ਦਿਨ ਪੁਰਾਣੀ, 1 ਮਹੀਨਾ ਪੁਰਾਣੀ, 1 ਸਾਲ, 10 ਸਾਲ, 20 ਸਾਲ, 30 ਸਾਲ, ਜਿੰਨੀ ਮਰਜ਼ੀ ਪੁਰਾਣੀ ਹੋਵੇ, ਇਸ ਚੂਰਨ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ। ਧਰਨ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਊਗੀ। ਸਾਰਾ ਦਿਨ ਪੇਟ ਅਪਸੈਟ ਰਹਿੰਦਾ, ਹੁਣ ਜਦ ਤੱਕ ਸਾਡੀ ਧਰਨ ਟਿਕਾਣੇ 'ਤੇ ਨਹੀਂ ਆਉਂਦੀ, ਉਦੋਂ ਤੱਕ ਸਾਡੀ ਕਬਜ਼ ਠੀਕ ਨਹੀਂ ਹੋਣੀ। ਸਾਡੇ ਪੇਟ ਦੇ ਵਿੱਚੋਂ ਗੈਸ ਨਿਕਲ ਗਈ ਤਾਂ ਤੁਹਾਨੂੰ ਨਹੀਂ ਮਹਿਸੂਸ ਹੋਣਾ ਕਿ ਤੁਹਾਡੀ ਧਰਨ ਹਿੱਲੀ ਆ। ਮੰਨ ਲਓ ਤੁਹਾਡੀ ਧਰਨ ਹਿੱਲੀ ਆ, ਪਰ ਤੁਹਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਣਾ। ਹਾਂਜੀ, ਅਕਸਰ ਧਰਨ ਹਿੱਲਣ 'ਤੇ ਤੁਸੀਂ ਥਾਂ ਥਾਂ ਜਾ ਕੇ ਆਪਣਾ ਪੇਟ ਮਿਲਵਾਉਂਦੇ ਹੋ। ਪੇਟ ਮਿਲਵਾਉਣ ਤੋਂ ਬਾਅਦ ਵੀ, ਧਰਨ ਸੈੱਟ ਕਰਨ ਤੋਂ ਬਾਅਦ ਵੀ ਧਰਨ ਆਪਣੇ ਟਿਕਾਣੇ 'ਤੇ ਟਿਕਦੀ ਨਹੀਂ। ਫਿਰ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਸਲਾਹਾਂ ਵੀ ਮਿਲਦੀਆਂ। ਕੋਈ ਕਹਿੰਦਾ ਤੁਸੀਂ ਯੋਗਾ ਕਰੋ, ਕੋਈ ਕਹਿੰਦਾ ਪੇਟ ਦੀ ਮਾਲਿਸ਼ ਕਰਵਾਓ, ਕੋਈ ਕਹਿੰਦਾ ਪੈਰਾਂ 'ਤੇ ਧਾਗਾ ਬੰਨ੍ਹ ਲਓ, ਕੋਈ ਕਹਿੰਦਾ ਮੰਤਰ ਪੜ੍ਹੋ, ਪਰ ਇਹ ਧਰਨ ਸੈੱਟ ਨਹੀਂ ਹੁੰਦੀ। ਅੱਜ ਤੁਹਾਡੇ ਵਾਸਤੇ 100% ਵਰਕਿੰਗ ਇੱਕ ਦੇਸੀ ਨੁਸਖਾ ਲੈ ਕੇ ਆਇਆ। ਜੇ ਤੁਹਾਡੇ ਵਾਰ ਵਾਰ ਧਰਨ ਪੈਂਦੀ ਆ, ਮਰੋੜ ਪੈਂਦੇ ਆ, ਕਬਜ਼ ਦੀ ਸਮੱਸਿਆ ਆ, ਪੇਟ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਦਾ ਆ, ਡਕਾਰ ਬਹੁਤ ਆਉਂਦੇ ਆ, ਗੈਸ ਬਹੁਤ ਬਣਦੀ ਆ, ਐਸਿਡ ਬਹੁਤ, ਪੇਟ ਸਖਤ ਬਣਿਆ ਆ, ਜਾਂ ਸਾਨੂੰ ਭੁੱਖੇ ਨਹੀਂ ਲੱਗਦੀ, ਹੁਣ ਇਹ ਕੀ ਨੁਸਖਾ ਆ ਅਤੇ ਕਿਵੇਂ ਬਣਾਉਣਾ ਆ? ਦੋਸਤੋ, ਜਿਹੜਾ ਤੁਹਾਨੂੰ ਮੈਂ ਨੁਸਖਾ ਦੱਸੂੰਗਾ ਪੇਟ ਵਾਸਤੇ, ਤੁਸੀਂ ਆਪ ਹੀ ਆਪਣੇ ਘਰ ਵਿੱਚ ਬਣਾਉਣਾ ਆ। ਇਹਦੇ ਵਾਸਤੇ ਆਪਾਂ ਨੂੰ 8 ਚੀਜ਼ਾਂ ਦੀ ਲੋੜ ਪੈਣੀ ਆ, ਇਹ ਤੁਸੀਂ ਨੋਟ ਕਰ ਲਿਓ ਅਤੇ ਆਪ ਬਣਾ ਲਿਓ। ਦੂਸਰੀ ਗੱਲ, ਜੇ ਤੁਸੀਂ ਆਪ ਨਹੀਂ ਬਣਾਉਣਾ ਤਾਂ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਕਿਹੜੀ ਕੰਪਨੀ ਦਾ ਬਾਜ਼ਾਰ ਦੇ ਵਿੱਚੋਂ ਜਾ ਕੇ ਇਹ ਚੂਰਨ ਲੈ ਕੇ ਆਉਣਾ ਆ। ਦੋਸਤੋ, ਜਦੋਂ ਇਹ ਸਾਡਾ ਨੁਸਖਾ ਤਿਆਰ ਹੋ ਗਿਆ, ਇਹ ਇੱਕ ਚੂਰਨ ਬਣ ਜਾਣਾ ਆ। ਕਿਹੜੀਆਂ 8-8 ਚੀਜ਼ਾਂ ਤੁਹਾਨੂੰ ਚਾਹੀਦੀਆਂ ਆ ਤੁਸੀਂ ਨੋਟ ਕਰ ਲਓ ਅਤੇ ਆਪ ਜ਼ਰੂਰ ਬਣਾਓ। ਜੇ ਤੁਸੀਂ ਆਪ ਬਣਾਓਗੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ। ਜੇ ਤੁਸੀਂ ਨਹੀਂ ਬਣਾ ਸਕਦੇ, ਬਹੁਤ ਮਜਬੂਰੀ ਆ, ਤਾਂ ਬਣਿਆ ਬਣਾਇਆ ਵੀ ਲੈ ਲਓ, ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਹੋਊਗਾ। ਹੁਣ ਤੁਸੀਂ ਨੋਟ ਕਰੋ ਕਿ ਧਰਨ ਵਾਸਤੇ ਜੋ ਆਪਾਂ ਚੂਰਨ ਬਣਾਉਣਾ ਹੈ, ਨੁਸਖਾ ਬਣਾਉਣਾ ਹੈ, ਇਹਦੇ ਵਾਸਤੇ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ? ਦੋਸਤੋ, ਇਸ ਵਾਸਤੇ ਆਪਾਂ ਨੂੰ ਜੀਰਾ, ਹਿੰਗ, ਅਦਰਕ, ਕਾਲੀ ਮਿਰਚ, ਸੌਂਫ, ਅਜਵਾਇਣ, ਸੈਦਾ ਨਮਕ ਅਤੇ ਪਿਪਲੀ ਚਾਹੀਦੀ ਹੈ। ਇਸ ਨੂੰ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਲੈ ਕੇ ਇਹਦਾ ਚੂਰਨ ਬਣਾ ਲਓ। ਦੋਸਤੋ, ਇਹ ਜੋ ਚੂਰਨ ਤੁਸੀਂ ਬਣਾਉਣਾ ਆ, ਇਹ ਤੁਸੀਂ ਆਪਣੇ ਪੇਟ ਦੀ ਬਿਮਾਰੀ ਦੇ ਅਕੋਰਡਿੰਗ ਬਣਾ ਲਓ, ਜਾਂ ਹੋ ਸਕਦਾ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਮੈਂਬਰ ਵੀ ਖਾਣਾ ਚਾਹੁੰਦਾ ਹੋਵੇ, ਉਸ ਮੁਤਾਬਕ ਸਾਰੀਆਂ ਚੀਜ਼ਾਂ, ਥੋੜ੍ਹੀ ਥੋੜ੍ਹੀ ਚੀਜ਼ਾਂ ਲੈ ਲਓ। ਬਣਾਉਣਾ ਬਹੁਤ ਆਸਾਨ ਆ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਕਿਹੜੀ ਚੀਜ਼ ਕਿੰਨੀ ਲੈਣੀ ਆ। ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਤੁਸੀਂ ਆਪਣੀ ਚੀਜ਼ ਲੈ ਕੇ ਇਹਨੂੰ ਚੰਗੀ ਤਰ੍ਹਾਂ ਇਹਦਾ ਤੁਸੀਂ ਚੂਰਨ ਬਣਾ ਲਓ। ਅਤੇ ਚੂਰਨ ਦਾ ਸੇਵਨ ਕਿੱਦਾਂ ਕਰਨਾ ਹੈ ਮੈਂ ਤੁਹਾਨੂੰ ਅੱਗੇ ਦੱਸਦਾ। ਦੋਸਤੋ, ਜਿਹੜਾ ਇਹ ਚੂਰਨ ਤੁਹਾਡਾ ਤਿਆਰ ਹੋਣਾ ਆ, ਇਹਨੂੰ ਹਿੰਗ ਵਾਸਟਿਕ ਚੂਰਨ ਕਹਿੰਦੇ ਆ, ਆਯੁਰਵੈਦਿਕ ਦੇ ਵਿੱਚ ਇਹਦਾ ਇਹ ਨਾਮ ਆ। ਹੁਣ ਜੇ ਤੁਸੀਂ ਇਹ ਘਰ ਵਿੱਚ ਨਹੀਂ ਬਣਾਉਣਾ ਚਾਹੁੰਦੇ ਤਾਂ ਬਣਿਆ ਬਣਾਇਆ ਤੁਸੀਂ ਇਹ ਡਾਵਰ ਕੰਪਨੀ ਦਾ ਲਿਆਓ, ਹਿੰਗ ਵਾਸਟਿਕ ਚੂਰਨ। ਇਹ ਤੁਹਾਡੇ ਪੇਟ ਦੀਆਂ ਸਾਰੀਆਂ ਹੀ ਬਿਮਾਰੀਆਂ ਵਾਸਤੇ 100% ਆਯੁਰਵੈਦਿਕ, ਬਿਨਾਂ ਕਿਸੇ ਸਾਈਡ ਇਫੈਕਟ ਤੋਂ ਤੁਹਾਨੂੰ ਸਾਰੀਆਂ ਤਕਲੀਫਾਂ ਤੋਂ ਰਾਹਤ ਦਊਗਾ। ਸਭ ਤੋਂ ਵੱਡੀ ਗੱਲ ਜੋ ਆਪਾਂ ਕਹੀ ਆ ਕਿ ਧਰਨ ਵਾਸਤੇ ਜਿਨ੍ਹਾਂ ਨੂੰ ਧਰਨ ਦੀ ਬਹੁਤ ਪੁਰਾਣੀ ਸਮੱਸਿਆ ਆ, ਜਿਨ੍ਹਾਂ ਨੂੰ ਕਬਜ਼ ਦੀ ਬਹੁਤ ਪੁਰਾਣੀ ਸਮੱਸਿਆ ਆ, ਉਹਦੇ ਵਾਸਤੇ ਹਿੰਗ ਵਾਸਟਿਕ ਚੂਰਨ ਬਹੁਤ ਵਧੀਆ ਚੂਰਨ ਆ। ਜੇ ਤੁਸੀਂ ਮਾਰਕੀਟ ਵਿੱਚੋਂ ਲੈ ਕੇ ਆਉਣਾ ਤਾਂ ਡਾਵਰ ਕੰਪਨੀ ਦਾ ਲਿਆਓ, ਤੁਹਾਨੂੰ ਬਹੁਤ ਸਸਤੇ ਪ੍ਰਾਈਸ 'ਤੇ ਮਿਲ ਜੂਗਾ ਅਤੇ ਤੁਹਾਨੂੰ ਬਣਿਆ ਬਣਾਇਆ ਮਿਲ ਜੂਗਾ, ਤੁਹਾਨੂੰ ਘਰ ਬਣਾਉਣ ਦੀ ਕੋਈ ਲੋੜ ਨਹੀਂ।
ਜੇ ਤੁਸੀਂ ਘਰ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ ਤਾਂ ਇਸ ਤੋਂ ਵਧੀਆ ਕੋਈ ਵੀ ਗੱਲ ਨਹੀਂ, ਤੁਸੀਂ ਘਰ ਦੇ ਵਿੱਚ ਬਣਾਓ ਅਤੇ ਇਹਦਾ ਇਸਤੇਮਾਲ ਆਪ ਵੀ ਕਰੋ ਅਤੇ ਘਰ ਦੇ ਜਿੰਨੇ ਮੈਂਬਰ ਆ ਉਹਨਾਂ ਨੂੰ ਵੀ ਦੇ ਸਕਦੇ ਹਾਂ। ਹੁਣ ਇਹ ਜੋ ਚੂਰਨ ਆਪਣੇ ਕੋਲ ਤਿਆਰ ਹੋ ਗਿਆ ਧਰਨ ਵਾਸਤੇ, ਪੇਟ ਵਾਸਤੇ, ਕਬਜ਼ ਵਾਸਤੇ ਜਾਂ ਸਾਡੇ ਸਰੀਰ ਵਾਸਤੇ, ਇਹਦਾ ਆਪਾਂ ਸੇਵਨ ਕਿੱਦਾਂ ਕਰਨਾ? ਜੇ ਤੁਸੀਂ ਬਣਿਆ ਬਣਾਇਆ ਲੈ ਕੇ ਆਉਣਾ ਆ, ਇਹਦਾ ਵੀ ਆਪਾਂ ਦਿਨ ਵਿੱਚ 2 ਵਾਰ ਸੇਵਨ ਕਰਨਾ ਆ। ਖਾਣਾ ਖਾਣ ਤੋਂ ਬਾਅਦ ਜਿਹੜਾ ਛੋਟਾ ਚਮਚ ਆਉਂਦਾ ਨਾ ਬੱਚਿਆਂ ਵਾਲਾ ਚਮਚ, ਉਹ ਆਪਾਂ ਅੱਧਾ ਚਮਚ ਲੈਣਾ ਹੈ। ਆਪਾਂ ਇਹਦਾ ਜ਼ਿਆਦਾ ਸੇਵਨ ਨਹੀਂ ਕਰਨਾ, ਦਵਾਈ ਦੇ ਅਕੋਰਡਿੰਗ ਆਪਾਂ ਖਾਣਾ ਆ। ਜਿਵੇਂ ਆਪਾਂ ਦਵਾਈ ਖਾਂਦੇ ਹਾਂ ਨਾ, ਰੋਜ਼ਾਨਾ ਇਹਦਾ ਸੇਵਨ ਕਰੋ, ਧਰਨ ਠੀਕ ਹੋ ਜਾਂਦੀ ਹੈ, ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ, ਜੇ ਨਸਾਂ ਦੀ ਕਮਜ਼ੋਰੀ ਆ ਉਹਨਾਂ ਨੂੰ ਤਾਕਤ ਮਿਲਦੀ ਆ, ਪੇਟ ਖਾਣਾ ਖਾਣ ਤੋਂ ਬਾਅਦ ਫੁੱਲਦਾ ਆ, ਖਾਣਾ ਖਾਣ ਵਾਸਤੇ ਸਾਨੂੰ ਭੁੱਖ ਨਹੀਂ ਲੱਗਦੀ, ਖਾਣਾ ਸਾਡਾ ਪਚਦਾ ਨਹੀਂ ਹੈ, ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਤੁਸੀਂ ਆਪ ਘਰ ਬੈਠੇ ਕਰ ਸਕਦੇ ਹੋ। ਧਰਨ ਉੱਪਰ ਜਾਣ ਕਰਕੇ ਸਾਨੂੰ ਕਬਜ਼ ਦੀ ਸਮੱਸਿਆ ਹੋ ਜਾਂਦੀ ਆ, ਬਹੁਤ ਤਕਲੀਫ ਪ੍ਰੋਬਲਮ ਆਉਂਦੀ ਆ, ਬਹੁਤ ਦਰਦ ਹੁੰਦਾ ਆ, ਸਾਰਾ ਦਿਨ ਪੇਟ ਅਪਸੈਟ ਰਹਿੰਦਾ। ਹੁਣ ਜਦ ਤੱਕ ਸਾਡੀ ਧਰਨ ਟਿਕਾਣੇ 'ਤੇ ਨਹੀਂ ਆਉਂਦੀ ਉਦੋਂ ਤੱਕ ਸਾਡੀ ਕਬਜ਼ ਠੀਕ ਨਹੀਂ ਹੋਣੀ, ਅਤੇ ਇਹਦੇ ਨਾਲ ਜੇ ਸਾਨੂੰ ਕਬਜ਼ ਰਹੀ ਤਾਂ ਸਾਨੂੰ ਬਵਾਸੀਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ, ਅਤੇ ਜੇ ਸਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਆ ਤਾਂ ਸਾਡਾ ਜਿਹੜਾ ਪੇਟ ਆ ਉਹ ਸਾਰਾ ਦਿਨ ਸਾਰੀ ਰਾਤ ਸਖਤ ਰਹਿੰਦਾ ਹੈ। ਇਹਦੇ ਵਾਸਤੇ ਆਪਾਂ ਹਿੰਗ ਵਾਸਤਕ ਚੂਰਨ ਘਰ ਬਣਾ ਕੇ ਜਾਂ ਬਣਿਆ ਬਣਿਆ ਲਿਆ ਕੇ ਉਹਦਾ ਸੇਵਨ ਕਰ ਸਕਦੇ ਹਾਂ, ਜੋ ਤੁਹਾਡੀ ਪੁਰਾਣੀ ਤੋਂ ਪੁਰਾਣੀ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰੇਗਾ। ਹੁਣ ਸਭ ਤੋਂ ਪਹਿਲਾਂ ਤੁਸੀਂ ਇਹ ਵੇਖੋ ਕਿ ਨੁਕਸ ਤੁਹਾਡੇ ਪੇਟ ਦੇ ਵਿੱਚ ਕਿੱਥੇ ਆ, ਕੀ ਨੁਕਸ ਆ। ਤੁਸੀਂ ਇਸ ਵਾਸਤੇ ਸਭ ਤੋਂ ਪਹਿਲਾਂ ਆਪਣੀ ਧਰਨ ਨੂੰ ਚੈੱਕ ਕਰੋ। ਧਰਨ ਨੂੰ ਚੈੱਕ ਕਰਨ ਦੇ ਕਈ ਤਰੀਕੇ ਆ। ਹੱਥ ਦੀਆਂ ਰਖਾਵਾਂ ਮਿਲਾ ਲਓ, ਸਿੱਧੇ ਲੇਟ ਕੇ ਤੁਸੀਂ ਧੁੰਨੀ ਦੇ ਉੱਤੇ ਗੂਠਾ ਰੱਖ ਕੇ ਵੀ ਚੈੱਕ ਕਰ ਸਕਦੇ ਹਾਂ। ਜੇ ਧਰਨ ਤੁਹਾਡੀ ਉੱਪਰ ਆ ਤਾਂ ਨਾਲ ਤੁਹਾਨੂੰ ਕਬਜ਼ ਹੋਵੇਗੀ। ਜੇ ਧਰਨ ਤੁਹਾਡੀ ਉੱਪਰ ਆ ਤਾਂ ਤੁਸੀਂ ਇਸ ਚੂਰਨ ਦਾ 2 ਟਾਈਮ ਸੇਵਨ ਕਰਨਾ ਆ। ਤੁਹਾਨੂੰ ਦੱਸ ਦਿੱਤਾ ਕਿ ਆਪਾਂ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਲੈਣਾ ਆ। ਦਿਨ ਦੇ ਵਿੱਚ 2 ਵਾਰ ਲੰਬੀ ਸੈਰ ਜ਼ਰੂਰ ਕਰਨੀ ਆ ਅਤੇ ਆਪਣੇ ਪਾਣੀ ਦੀ ਮਾਤਰਾ ਨੂੰ ਵਧਾਓ। ਤੁਹਾਨੂੰ ਧਰਨ ਦੀ ਜਿੰਨੀ ਵੀ ਸਮੱਸਿਆ ਆ, ਬਿਨਾਂ ਪੇਟ ਮਿਲਵਾਏ ਹੀ ਧਰਨ ਤੁਹਾਡੀ ਟਿਕਾਣੇ 'ਤੇ ਆ ਜਾਵੇਗੀ। ਹੁਣ ਬਹੁਤ ਸਾਰੇ ਭੈਣਾਂ ਭਰਾਵਾਂ ਦੇ ਮਨ ਦੇ ਵਿੱਚ ਇਹ ਸਵਾਲ ਆਵੇਗਾ ਕਿ ਜੋ ਡਾਵਰ ਕੰਪਨੀ ਦਾ ਹਿੰਗਵਾਸਟਿਕ ਚੂਰਨ ਆਉਂਦਾ ਆ, ਇਹਦੇ ਉੱਤੇ ਸਿਰਫ ਲਿਖਿਆ ਆ ਕਿ ਗੈਸ ਵਾਸਤੇ ਰਾਹਤ ਦੇਣ ਲਈ ਆ। ਦੋਸਤੋ, ਪਤਾ ਕੀ ਗੱਲ ਆ ਤੁਹਾਨੂੰ ਦੱਸਦਾ, ਆਪਾਂ ਇਹਦੇ ਵਿੱਚ 7 ਚੀਜ਼ਾਂ ਅਜਿਹੀਆਂ ਮਿਲਾਈਆਂ ਆ ਜੋ ਸਾਡੇ ਪੇਟ ਦੀਆਂ ਨਸਾਂ ਨੂੰ ਤਾਕਤ ਦੇਵੇਗੀ, ਕਿਉਂਕਿ ਸਾਡੇ ਪੇਟ ਦੇ ਵਿੱਚ ਜਿਹੜੀਆਂ ਨਸਾਂ ਆ ਕਮਜ਼ੋਰ ਹੋ ਜਾਂਦੀਆਂ। ਆਪਾਂ ਦੇਖਦੇ ਹਾਂ ਨਾ ਕਿ ਕਈ ਵਾਰੀ ਆਪਾਂ ਪੌੜੀਆਂ ਚੜ੍ਹਦੇ ਹਾਂ ਜਾਂ ਟਰੈਵਲਿੰਗ ਕਰਦੇ ਹਾਂ, ਜੰਪ ਮਾਰਦੇ ਹਾਂ, ਕੋਈ ਘਰ ਦੇ ਵਿੱਚ ਭਾਰੀ ਕੰਮ ਕਰਨ ਲੱਗੇ, ਸਾਡੀ ਧਰਨ ਉੱਪਰ ਥੱਲੇ ਹੋ ਜਾਂਦੀ ਆ। ਸੋ ਨਸਾਂ ਨੂੰ ਜੇ ਤਾਕਤ ਮਿਲੀ ਹੋਈ ਹੋਊਗੀ ਤਾਂ ਸਾਡੀ ਧਰਨ ਵਾਰ ਵਾਰ ਨਹੀਂ ਹਿੱਲੂਗੀ। ਬਾਕੀ ਗੈਸ ਵਾਸਤੇ ਇਹਦੇ ਵਿੱਚ ਆਪਾਂ ਬਹੁਤ ਅਜਿਹੀਆਂ ਚੀਜ਼ਾਂ ਮਿਲਾ ਦੇਣੀਆਂ ਕਿ ਸਾਡੇ ਪੇਟ ਦੇ ਵਿੱਚੋਂ ਗੈਸ ਨਿਕਲ ਜੂਗੀ। ਸਾਡੇ ਪੇਟ ਦੇ ਵਿੱਚੋਂ ਗੈਸ ਨਿਕਲ ਗਈ ਤਾਂ ਤੁਹਾਨੂੰ ਨਹੀਂ ਮਹਿਸੂਸ ਹੋਣਾ ਕਿ ਤੁਹਾਡੀ ਧਰਨ ਹਿੱਲੀ ਆ। ਮੰਨ ਲਓ ਤੁਹਾਡੀ ਧਰਨ ਹਿੱਲੀ ਆ ਪਰ ਤੁਹਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਣਾ, ਕਿਉਂਕਿ ਧਰਨ ਸਾਡੀ ਥੋੜ੍ਹਾ ਬਹੁਤ ਦਿਨ ਦੇ ਵਿੱਚ ਹੈਲਦੀ ਰਹਿੰਦੀ ਆ। ਪਰ ਜਦੋਂ ਸਾਡਾ ਪੇਟ ਬਿਲਕੁਲ ਦਰੁਸਤ ਹੁੰਦਾ ਆ, ਠੀਕ ਹੁੰਦਾ, ਅਸੀਂ ਤੰਦਰੁਸਤ ਹੁੰਦੇ ਹਾਂ ਤਾਂ ਸਾਨੂੰ ਮਹਿਸੂਸ ਨਹੀਂ ਹੁੰਦਾ। ਘਰ ਦੇ ਵਿੱਚ ਜਿਹੜਾ ਆਪਾਂ ਚੂਰਨ ਬਣਾਉਣਾ ਉਹਦੇ ਵਿੱਚ ਆਪਾਂ ਇੰਨੀਆਂ ਕੁ ਚੀਜ਼ਾਂ ਮਿਲਾ ਦਿੱਤੀਆਂ, 8 ਚੀਜ਼ਾਂ ਜੋ ਸਾਡੇ ਪੇਟ ਵਾਸਤੇ, ਪਾਚਨ ਤੰਤਰ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਆ। ਅਤੇ ਇਹਦਾ ਰਿਜ਼ਲਟ ਆਪਾਂ ਆਪ ਕੱਢਿਆ ਹੈ ਕਿ ਜਿਨ੍ਹਾਂ ਨੂੰ ਧਰਨ ਦੀ ਸਮੱਸਿਆ ਆ, ਬਿਨਾਂ ਪੇਟ ਮਿਲਵਾਏ ਹੀ ਧਰਨ ਆਪਣੇ ਆਪ ਟਿਕਾਣੇ 'ਤੇ ਆ ਜਾਊਗੀ। ਹੁਣ ਆਪਾਂ ਪਰਹੇਜ਼ ਕੀ ਕਰਨੇ ਆ? ਸਭ ਤੋਂ ਵੱਡਾ ਪਰਹੇਜ਼ ਜੋ ਆਪਾਂ ਦੱਸਿਆ ਹੈ ਕਿ ਆਪਾਂ ਗਰਮੀਆਂ ਦੇ ਵਿੱਚ ਡਰਾਈ ਫਰੂਟ ਨਹੀਂ ਖਾਣਾ, ਸਿਆਲਾਂ ਦੇ ਵਿੱਚ ਵੀ ਆਪਾਂ ਬੇਕਾਬੂ ਹੋ ਕੇ ਨਹੀਂ ਖਾਣਾ ਹੈਗਾ ਡਰਾਈ ਫਰੂਟ,
ਜੇ ਖਾਣਾ ਆ ਤਾਂ ਉਹਨੂੰ ਤਰੀਕੇ ਦੇ ਨਾਲ ਖਾਓ, ਬਹੁਤ ਘੱਟ ਮਾਤਰਾ ਦੇ ਵਿੱਚ ਖਾਣਾ ਜਿਨ੍ਹਾਂ ਨੂੰ ਪੇਟ ਦੀ ਧਰਨ ਦੀ ਸਮੱਸਿਆ ਹੈ, ਕਿਉਂਕਿ ਪੇਟ ਦੇ ਵਿੱਚ ਉਹਦੇ ਨਾਲ ਹੀਟ ਬਹੁਤ ਪੈਦਾ ਹੁੰਦੀ ਆ, ਗਰਮੀ ਪੈਦਾ ਹੁੰਦੀ ਆ। ਆਲਰੇਡੀ ਸਾਡੇ ਪੇਟ ਦੇ ਵਿੱਚ, ਪੇਟ ਦੇ ਨਸਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਚੁੱਕੀ ਆ, ਤਾਂ ਹੀ ਸਾਡੀ ਧਰਨ ਵਾਰ ਵਾਰ ਹਿਲਦੀ ਆ। ਆਪਾਂ ਮਿਲਵਾਉਣ ਜਾਂਦੇ ਹਾਂ, ਜਦੋਂ ਵਾਪਸ ਆਉਂਦੇ ਹਾਂ ਆਉਂਦੇ ਆਉਂਦੇ ਫਿਰ ਧਰਨ ਹਿੱਲ ਜਾਂਦੀ ਆ, ਸੋ ਸਾਡੇ ਪੈਸੇ ਵੀ ਖਰਾਬ ਹੁੰਦੇ ਆ। ਇਸ ਵਾਸਤੇ ਦੋਸਤੋ ਤੁਸੀਂ ਹਿੰਗ ਵਾਸਤਕ ਚੂਰਨ ਦਾ ਸੇਵਨ ਕਰੋ, ਘਰ ਵਿੱਚ ਆਪ ਬਣਾ ਲਓ ਜਾਂ ਬਣਿਆ ਬਣਾਇਆ ਲਿਆ। ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਅਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ।